ਮੈਂ ਦੱਸ ਰਿਹਾ ਬਸ ਕੁੜੀ ਅੰਦਰ ਆ ਸਰ ਬਈ ਕੁੜੀ ਅੰਦਰ ਆ ਨਵੇਂ ਸਾਲ ਦੇ ਉੱਤੇ ਇੱਕ ਲੜਕੀ ਦੀ ਥਾਣੇ ਦੇ ਅੰਦਰੋਂ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਆਖਰ ਇਹ ਲੜਕੀ ਥਾਣੇ ਦੇ ਵਿੱਚ ਅੱਧੀ ਰਾਤ ਨੂੰ ਕੀ ਕਰ ਰਹੀ ਹੈ। ਪਰ ਉਸ ਲੜਕੀ ਨੇ ਖੁਦ ਕਿਹਾ ਸੀ ਕਿ ਉਹ ਆਪਣੇ ਇੱਕ ਸਾਥੀ ਨੂੰ ਥਾਣੇ ਦੇ ਵਿੱਚ ਨਵੇਂ ਸਾਲ ਦੀ ਵਧਾਈਆਂ ਦੇਣ ਦੇ ਲਈ ਉਹ ਇੱਥੇ ਪਹੁੰਚੀ ਹੈ। ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਤਾਂ ਦੱਸ ਦਈਏ ਕਿ ਹੁਣ ਉਸ ਲੜਕੀ ਦੇ ਉੱਤੇ ਕਾਫੀ ਗੰਭੀਰ ਇਲਜ਼ਾਮ ਲੱਗੇ ਨੇ। ਤੁਹਾਨੂੰ ਦੱਸ ਦਈਏ ਕਿ ਮਾਮਲਾ ਲੁਧਿਆਣਾ ਬੱਸ ਸਟੈਂਡ ਦੇ ਨੇੜੇ ਪੈਂਦੀ ਚੌਂਕੀ ਦਾ ਸੀ ਜਿੱਥੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਔਰਤ ਅੱਧੀ ਰਾਤ ਨੂੰ ਇੱਕ ਕਾਂਸਟੇਬਲ ਨੂੰ ਮਿਲਣ ਆਈ ਸੀ। ਜਿਸ ਤੋਂ ਬਾਅਦ ਪੁਲਿਸ ਚੌਂਕੀ ਵਿੱਚ ਜੰਮ ਕੇ ਹੰਗਾਮਾ ਵੀ ਹੋਇਆ ਸੀ। ਹੁਣ ਉਸ ਔਰਤ 'ਤੇ ਬਲੈਕਮੇਲ ਕਰਕੇ ਰੇਪ ਦਾ ਮਾਮਲਾ ਦਰਜ ਕਰਵਾਉਣ ਦੇ ਇਲਜ਼ਾਮ ਲੱਗੇ ਨੇ। ਬੀਤੇ ਕੁਝ ਦਿਨ ਪਹਿਲਾਂ ਥਾਣਾ ਦਰੇਸੀ ਦੀ ਪੁਲਿਸ ਨੇ ਇੱਕ RPF ਦੇ ਮੁਲਾਜ਼ਮ 'ਤੇ ਰੇਪ ਦਾ ਮਾਮਲਾ ਦਰਜ ਕੀਤਾ ਸੀ। ਬੱਸ ਸਟੈਂਡ ਪੁਲਿਸ ਚੌਂਕੀ ਦੀ ਵਾਇਰਲ ਵੀਡੀਓ ਦੇਖਣ ਤੋਂ ਬਾਅਦ RPF ਦੇ ਮੁਲਾਜ਼ਮ ਦਾ ਪਰਿਵਾਰ ਹੁਣ ਮੀਡੀਆ ਦੇ ਸਾਹਮਣੇ ਆਇਆ। ਪੁਲਿਸ ਕਾਂਸਟੇਬਲ ਦੇ ਪਰਿਵਾਰਕ ਮੈਂਬਰ ਲੁਧਿਆਣਾ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚੇ ਹਨ ਜਿੱਥੇ ਉਹਨਾਂ ਨੇ ਆਪਣੇ ਬੇਟੇ ਨੂੰ ਬੇਕਸੂਰ ਦੱਸਦੇ ਹੋਏ ਇਨਸਾਫ ਦੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਉਕਤ ਔਰਤ ਨੇ ਉਸਦੇ ਬੇਟੇ ਉੱਪਰ ਵਿਆਹ ਦਾ ਝਾਂਸਾ ਦੇ ਕੇ ਰੇਪ ਕਰਨ ਦਾ ਮਾਮਲਾ ਦਰਜ ਕਰਵਾਇਆ ਜੋ ਕਿ ਸਰਾਸਰ ਝੂਠ ਹੈ। ਉਹਨਾਂ ਨੇ ਕਿਹਾ ਕਿ ਉਕਤ ਔਰਤ ਅਤੇ ਪੁਲਿਸ ਕਾਂਸਟੇਬਲ ਦਵਿੰਦਰ ਵੱਲੋਂ ਇਹ ਪੂਰੀ ਸਾਜ਼ਿਸ਼ ਰਚੀ ਗਈ ਸੀ। ਤਾਂ ਹੁਣ ਇਨਸਾਫ ਦੀ ਗੁਹਾਰ ਦੇ ਲਈ ਇਹ ਸੀਨੀਅਰ ਅਧਿਕਾਰੀਆਂ ਦੇ ਕੋਲ ਪਹੁੰਚੇ ਨੇ। ਇਨਸਾਫ ਦੀ ਮੰਗ ਕਰਦੀ ਹੈ। ਮੇਰੇ ਬੇਟੇ ਦੇ ਖਿਲਾਫ਼ ਝੂਠਾ ਪਰਚਾ ਦਰਜ ਕੀਤਾ ਗਿਆ ਹੈ। ਮੇਰੇ ਹਸਬੈਂਡ ਦੀ ਡੈਥ ਹੋ ਚੁੱਕੀ ਆ ਜੋ ਕਿ ਮੇਰੇ ਬੇਟੇ ਨੂੰ ਜੋਬ ਮਿਲ ਚੁੱਕੀ ਆ ਜੀ। ਮੇਰੇ ਬੇਟੇ ਦੀ ਏਜ਼ ਬਹੁਤ ਘੱਟ ਆ ਜੀ, ਉਹਨੂੰ ਹਜੇ ਇਹਨਾਂ ਗੱਲਾਂ ਦਾ ਪਤਾ ਨਹੀਂ ਸੀ ਜੀ। ਉਹ ਕੁੜੀ ਨੇ ਜਿਹੜੀ ਆਰਤੀ ਵਰਮਾ ਕੱਲ੍ਹ ਦਵਿੰਦਰ ਪਾਸੀ ਨਾਲ ਫੜੀ ਗਈ ਆ ਜੀ, ਉਹ ਕੁੜੀ ਨੇ ਝੂਠਾ ਕੇ ਜਾਲ ਫਸਾ ਕੇ ਮੇਰੇ ਬੱਚੇ ਨੂੰ ਵਿਆਹ ਦੇ ਝਾਂਸੇ 'ਚ ਪਹਿਲਾਂ ਫਸਾ ਲਿਆ, ਫਿਰ ਉਸ ਤੋਂ ਬਾਅਦ ਸਰ ਉਹ ਸਾਨੂੰ ਬਲੈਕਮੇਲ ਕਰਦੀ ਰਹੀ। 7-25 ਲੱਖ ਰੁਪਏ ਦੀ ਮੰਗ ਕੀਤੀ ਅਤੇ ਦਵਿੰਦਰ ਪਾਸੀ ਨਾਲ ਆ ਕੇ ਜੀ ਡਿਊਟੀ 'ਤੇ ਵੀ ਮੁੰਡੇ ਨਾਲ ਮਿਲਦੀ ਰਹੀ ਅਤੇ ਉਹਨੂੰ ਇਹੀ ਕਹਿੰਦੀ ਕਿ ਮੈਂ ਤੇਰੇ 'ਤੇ ਪਰਚਾ ਕਰਾ ਦੇਣਾ ਹੈ, ਨਹੀਂ ਤਾਂ ਮੈਨੂੰ 25 ਲੱਖ ਰੁਪਇਆ ਦੇ ਦੇ। ਅਤੇ ਇੱਦਾਂ ਇਹ ਬੱਸ ਸਟੈਂਡ ਮੁੰਡੇ ਨੂੰ ਬੁਲਾਇਆ ਜੀ, ਜਸਪ੍ਰੀਤ ਸਿੰਘ ਨੂੰ ਜੀ, ਉੱਥੇ ਬੁਲਾ ਕੇ ਵੀ ਦਵਿੰਦਰ ਪਾਸੀ ਨਾਲ ਆਰਤੀ ਵਰਮਾ ਨੇ ਜੀ 25 ਲੱਖ ਰੁਪਏ ਦੀ ਮੰਗ ਕੀਤੀ ਜੋ ਕਿ ਸਾਡੇ ਤੋਂ ਪੂਰੀ ਨਹੀਂ ਕੀਤੀ ਗਈ। ਇਹਨੇ ਵਿਆਹ ਸਾਡੇ ਤੋਂ ਪੂਰੇ ਪਰੂਫ ਇਕੱਠੇ ਕਰਕੇ ਇਹਨੇ ਸਾਨੂੰ ਪੂਰੇ ਜਾਲ 'ਚ ਫਸਾਇਆ। ਸਾਨੂੰ ਧਮਕੀਆਂ ਦਿੰਦੀ ਰਹੀ ਕਿ ਮੈਂ ਸਾਰੇ ਪੁਲਿਸ ਵਾਲਿਆਂ ਨੂੰ ਜਾਣਦੀ ਹਾਂ, ਤੁਹਾਡੀ ਕਿਸੇ ਵੀ ਜਰਸਣਵਾਈ ਨਹੀਂ ਹੋਣੀ, ਤੁਸੀਂ ਜਿੱਥੇ ਮਰਜ਼ੀ ਜਾਓ ਸਾਰੇ ਪਾਸੇ ਮੈਨੂੰ ਜਾਣਦੇ ਨੇ। ਇਹ ਸਾਨੂੰ ਵਾਰ ਵਾਰ ਅਲੱਗ ਅਲੱਗ ਥਾਣਿਆਂ 'ਚ ਸਾਨੂੰ ਉੱਥੇ ਕੰਪਲੇਟਾਂ ਦੇ ਕੇ ਸੱਦਦੀ ਰਹੀ। ਸਾਡੇ 'ਤੇ ਪੂਰਾ ਇਹਨੇ ਪੁਲਿਸ ਦਾ ਪ੍ਰੈਸ਼ਰ ਬਣਾ ਕੇ ਰੱਖਿਆ, ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋਈ। ਇਸ ਲਈ ਮੇਰੀ ਸਰਕਾਰ ਅੱਗੇ ਅਤੇ CP ਸਾਹਿਬ ਅੱਗੇ ਇਹੀ ਬੇਨਤੀ ਹੈ ਕਿ ਸਾਨੂੰ ਮੇਰੇ ਬੱਚੇ ਨੂੰ ਇਨਸਾਫ ਦਵਾਇਆ ਜਾਵੇ। ਉਹ 'ਤੇ ਜਿਹੜਾ ਇਹਨੇ ਝੂਠਾ ਪਰਚਾ FIR ਕਰਵਾਈ ਹੈ ਉਹ ਮੇਰਾ ਬੱਚੇ ਦਾ ਕੈਂਸਲ ਕੀਤਾ ਜਾਵੇ ਜੀ। ਮੈਂ CP ਸਾਹਿਬ ਅੱਗੇ ਪੇਸ਼ ਹੋਈ ਹਾਂ, ਮੇਰੇ ਬੇਟੇ ਨੂੰ ਜਲਦੀ ਤੋਂ ਜਲਦੀ ਬਹਾਲ ਕੀਤਾ ਜਾਵੇ ਜੀ। ਮੇਰਾ ਬੇਟਾ ਪਤਾ ਨਹੀਂ ਜੀ ਕਿੱਥੇ ਇਸ ਵਕਤ ਧੱਕੇ ਖਾ ਰਿਹਾ ਕਿੱਥੇ ਨਹੀਂ, ਕਿਉਂਕਿ ਇਹਨੇ ਝੂਠਾ ਜਿਹੜਾ ਦਰਜਾ ਕਰਾਇਆ FIR ਦਾ, ਇਹਦੇ ਵਿੱਚ ਸਾਡਾ ਕੋਈ ਵੀ ਕਸੂਰ ਨਹੀਂ ਸੀ। ਅਸੀਂ ਤਾਂ ਦਰੇਸਤੀ ਥਾਣੇ 'ਚ ਵੀ ਆਪਣੇ ਰਿਟਰਨ 'ਚ ਸਾਰੇ ਬਿਆਨ ਦੇ ਕੇ ਆਏ ਹਾਂ ਕਿ ਅਸੀਂ ਵਿਆਹ ਲਈ ਇੱਧਰੋਂ ਵੀ ਸਾਨੂੰ ਵੀ ਅਸੀਂ ਵਿਆਹ ਕਰਵਾਵਾਂਗੇ। ਇਹਨੇ ਸਾਨੂੰ ਇੰਨੇ ਮਜਬੂਰ ਕਰਤਾ, ਅਸੀਂ ਇਹਦਾ ਚਾਲ ਚੱਲਣ ਦੇਖਦੇ ਹੋਏ ਵੀ ਅਸੀਂ ਕੁਛ ਨਹੀਂ ਕਰ ਪਾ ਰਹੇ ਸੀ। ਪਰ ਹੁਣ ਜਦੋਂ ਸਾਨੂੰ ਇਹ ਵੀਡੀਓ ਵਾਇਰਲ ਹੋਈ ਆ ਜੀ, ਸਾਨੂੰ ਹੋਰ ਵੀ ਸਪੋਰਟ ਮਿਲੀ ਆ ਜੀ। ਇਸ ਵੀਡੀਓ 'ਤੇ ਸਾਡੇ ਸਾਰਿਆਂ ਦੀ ਨਜ਼ਰ 'ਚ ਆ ਗਈ ਜੀ। ਹੁਣ ਸਾਰੇ ਲੋਕਾਂ ਦੀ ਨਜ਼ਰ 'ਚ ਆ ਗਈ ਕਿ ਆਰਤੀ ਵਰਮਾ ਪਤਾ ਨਹੀਂ ਇਹਨੇ ਕਿੰਨੇ ਕਿੰਨੇ ਹੋਰ ਮਾਸੂਮਾਂ ਦੀ
ਜਾਣ ਨੂੰ ਜਾਂ ਕਿਸੇ ਹੋਰਾਂ ਤੋਂ ਵੀ ਜਾਲ 'ਚ ਫਸਾਇਆ ਹੋਇਆ ਹੈ। ਤੁਹਾਡੇ ਬੇਟੇ ਨੂੰ ਕਿੱਦਾਂ ਜਾਣਦੀ ਸੀ ਔਰ ਰਿਲੇਸ਼ਨ 'ਚ ਕਿੰਨੇ ਟਾਈਮ ਤੋਂ ਸੀਗੀ? ਹਾਂਜੀ, ਇਹ ਮੇਰੇ ਬੇਟੇ ਨੂੰ ਜੀ ਲੁਧਿਆਣੇ ਮੇਰਾ ਬੇਟਾ ਪਾਪਾ ਦੀ ਜੌਬ 'ਤੇ ਸੀਗਾ ਜੀ, ਇਹ ਉੱਥੇ ਹੀ ਇਹਨਾਂ ਨੂੰ ਪਹਿਲਾਂ ਆਪਣੇ ਫੋਨਾਂ ਦੇ ਜ਼ਰੀਏ ਇਹਨਾਂ ਦੀ ਯਾਰੀ ਦੋਸਤੀ ਹੋਈ, ਫਿਰ ਇਹ ਪੀ ਜੀ 'ਚ ਰਹਿੰਦੀ ਸੀ ਜੀ, ਪੀ ਜੀ 'ਚ ਮੇਰੇ ਮੁੰਡੇ ਨੂੰ ਬੁਲਾਉਣ ਲੱਗ ਪਈ, ਫਿਰ ਹੌਲੀ ਹੌਲੀ ਇਹ ਆਪਣੇ ਜਾਲ ਵਿੱਚ ਅੱਗੇ ਤੋਂ ਅੱਗੇ ਫਸਾਉਣ ਕਰਕੇ ਇਹਨੂੰ ਲੈ ਕੇ ਸਾਡੇ ਘਰ ਘਰ ਵੀ ਆਉਣ ਜਾਣ ਲੱਗ ਪਈ, ਔਰ ਸਾਡੇ ਰਿਸ਼ਤੇਦਾਰੀਆਂ 'ਚ ਵੀ ਪਰੂਫ ਇਕੱਠੇ ਕਰਨ ਦੀ ਮਾਰੀ ਹੈ, ਸਾਰੀਆਂ ਰਿਸ਼ਤੇਦਾਰੀਆਂ 'ਚ ਵੀ ਫਿਰਦੀ ਰਹੀ, ਹੋਰ ਪਤਾ ਨਹੀਂ ਇਹਨੇ ਹੋਰ ਕਿਹੜੇ ਕਿਹੜੇ ਸਾਡੇ ਖਿਲਾਫ਼ ਪਰੂਫ ਇਕੱਠੇ ਕੀਤੇ ਹੋਏ ਹਨ। ਤੁਸੀਂ ਕਿਹਾ ਕਿ ਜਿਹੜਾ ਤੁਹਾਡੇ ਖਿਲਾਫ਼ ਜਿਹੜੀ ਰਿਪੋਰਟ ਵੀ ਦਰਜ ਕੀਤੀ, ਕਿਹੜੇ ਥਾਣੇ ਦਾ ਮਾਮਲਾ? ਹਾਂਜੀ, ਦਰੇਸੀ ਥਾਣੇ ਦਾ ਮਾਮਲਾ ਜੀ, ਦਰੇਸੀ ਥਾਣੇ 'ਚ ਸਾਨੂੰ ਵਾਰ-ਵਾਰ ਬੁਲਾਇਆ ਜਾ ਰਿਹਾ ਸੀ, ਉੱਥੇ ਵੀ ਸਾਰਿਆਂ ਨੂੰ ਜਾਣਦੀ ਹੈ ਜੀ, ਇਹ ਸਾਰੇ ਥਾਣਿਆਂ 'ਚ ਜਾਣਦੀ ਆ ਇਹ ਜੀ, ਇਹ ਉੱਥੇ ਅਸੀਂ ਰਿਟਰਨ 'ਚ ਲਿਖ ਕੇ ਦੇ ਕੇ ਆਏ ਹਾਂ ਸਰ, ਉੱਥੇ ਵੀ ਅਸੀਂ ਵਿਆਹ ਕਰਵਾਵਾਂਗੇ, ਨਾ ਸਾਨੂੰ ਕੋਈ ਪੁਲਿਸ ਵੱਲੋਂ ਕੋਈ ਇਨਫੋਰਮੇਸ਼ਨ ਆਈ ਆ, ਨਾ ਸਾਨੂੰ ਕੋਈ ਇਹਨਾਂ ਦੇ ਮਾਂ ਬਾਪ ਮਿਲੇ ਨੇ ਆ ਕੇ, ਸਾਡੇ ਜੁੰਮੇ ਜੀ ਝੂਠਾ ਕੇਸ ਦਰਜਾ ਕੀਤਾ ਗਿਆ ਹੈ, ਇਸ ਲਈ ਮੈਂ ਇਨਸਾਫ਼ ਦੀ ਮੰਗ ਕਰਦੀ ਹਾਂ। ਮੇਰੀ ਸਰ ਇੱਕ ਹੋਰ ਰਿਕੁਐਸਟ ਆ, ਮੇਰਾ ਬੇਟਾ ਹੁਣ ਪਤਾ ਨਹੀਂ ਕਿੱਥੇ ਫਿਰ ਰਿਹਾ, ਕੱਲ੍ਹ ਨੂੰ ਮੇਰੇ ਬੇਟੇ ਨੂੰ ਕੁਛ ਹੁੰਦਾ ਜਾਂ ਉਹ ਕੁਛ ਕਰਦਾ ਜਾਂ ਸਾਡੇ 'ਤੇ ਵੀ ਜਾਂ ਮੇਰੇ ਪਰਿਵਾਰ 'ਤੇ ਕੁਛ ਹੁੰਦਾ, ਤਾਂ ਇਹ ਇਸ ਦੀ ਜਿਹੜੀ ਜ਼ਿੰਮੇਵਾਰ ਆ ਉਹ ਆਰਤੀ ਵਰਮਾ ਅਤੇ ਆਪਣਾ ਦਵਿੰਦਰ ਪਾਸੀ ਹੋਣਗੇ, ਕਿਉਂਕਿ ਇਹਨੇ ਇਹ ਸਾਨੂੰ ਇਹਨੂੰ ਲਿਆ ਕੇ ਧਮਕੀਆਂ ਦਿੰਦੀ ਰਹੀ, ਇਹ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਜਾਣਦੀ ਆ, ਇਸ ਲਈ ਸਾਡੇ ਅਸੀਂ ਇਨਸਾਫ਼ ਦੀ ਮੰਗ ਕਰਦੇ ਹਾਂ, ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ। ਹਾਂਜੀ ਹਾਂਜੀ ਹਾਂਜੀ, ਮੇਰੀ ਸੀ ਪੀ ਸਾਹਿਬ ਅੱਗੇ ਇਹੀ ਬੇਨਤੀ ਆ ਜੀ, ਇਹੀ ਅੱਗੇ ਮੇਰੇ ਸਾਰੇ ਅਫਸਰਾਂ ਅੱਗੇ, ਸਰਕਾਰ ਅੱਗੇ ਮੇਰੀ ਇਹੀ ਮੰਗ ਆ, ਮੇਰੇ ਬੱਚੇ ਨੂੰ ਇਹਨੇ ਧਮਕੀਆਂ ਦਿੱਤੀਆਂ, 25 ਲੱਖ ਰੁਪਇਆ ਮੰਗਿਆ, ਸਾਡੇ ਤੋਂ ਦਿੱਤਾ ਨਹੀਂ ਗਿਆ ਜੀ, ਫਿਰ ਇਹ ਵਾਰ ਵਾਰ ਆ ਕੇ ਇੱਥੇ ਧਮਕੀਆਂ ਦਿੰਦੀ ਰਹੀ, ਨਾਲ ਦਵਿੰਦਰ ਪਾਸੀ ਨੂੰ ਇਹਨੇ ਬੱਸ ਸਟੈਂਡ ਚੌਂਕੀ ਵੀ, ਆਰਤੀ ਵਰਮਾ ਅਤੇ ਦਵਿੰਦਰ ਪਾਸੀ ਨੇ ਮੇਰੇ ਬੇਟੇ ਨੂੰ ਬੱਸ ਸਟੈਂਡ ਚੌਂਕੀ ਬੁਲਾਇਆ, ਉੱਥੇ ਵੀ 25 ਲੱਖ ਦੀ ਮੰਗ ਕੀਤੀ ਜੋ ਕਿ ਸਾਡੇ ਤੋਂ ਪੂਰੀ ਨਹੀਂ ਹੋਈ, ਇਸ ਕਰਕੇ ਇਹਨੇ ਸਾਨੂੰ FIR ਦਾ ਸਾਰੇ ਮੁਲਾਜ਼ਮਾਂ ਨੂੰ ਜਾਣਦੇ ਹੋਏ ਇਹਨੇ ਸਾਡੇ 'ਤੇ FIR ਦਾ ਪਰਚਾ ਦਰਜ ਕਰਵਾਤਾ, ਮੇਰੇ ਬੱਚੇ ਨੂੰ ਇਨਸਾਫ਼ ਦਿੱਤਾ ਜਾਵੇ, ਉਹਨੂੰ ਛੇਤੀ ਤੋਂ ਛੇਤੀ ਬਹਾਲ ਕੀਤਾ ਜਾਵੇ। ਜਿਹੜੀ ਪਹਿਲਾਂ ਤੁਹਾਡੇ ਨਾਲ ਗੱਲਬਾਤ ਹੋਈ, ਮੇਰੀ ਭੈਣ ਆ ਜੀ, ਅਤੇ ਇਹਦੇ ਪਤੀ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ, ਅਤੇ ਉਹ ਨੌਕਰੀ ਮੇਰੀ ਭੈਣ ਦੇ ਬੇਟੇ ਨੂੰ, ਇਕਲੌਤੇ ਬੇਟੇ ਨੂੰ ਮਿਲੀ ਸੀਗੀ, ਜਦਕਿ ਉਸ ਟਾਈਮ ਉਹ 12ਵੀਂ ਕਲਾਸ 'ਚ ਪੜ੍ਹ ਰਿਹਾ ਸੀਗਾ, ਅਤੇ ਹੁਣ ਅੱਜ ਦੇ ਟਾਈਮ 'ਚ ਉਹਦੀ ਏਜ 22-23 ਸਾਲ ਆ ਜੀ, ਅਤੇ ਹੁਣ ਉਹਦੇ ਡਿਊਟੀ ਲੁਧਿਆਣਾ ਆਪਣੇ ਕਰ ਰਿਹਾ ਸੀਗਾ ਜੀ, ਲੁਧਿਆਣੇ ਡਿਊਟੀ ਦੇ ਦੌਰਾਨ ਘਰੋਂ ਡਿਊਟੀ ਆਉਂਦਾ ਸੀ, ਅਤੇ ਇੱਥੇ ਉਹਦੀ ਕਿਸੇ ਦੋਸਤੀ ਸਨੈਪਚੈਟ 'ਤੇ ਜਾਂ ਮੋਬਾਈਲ 'ਤੇ ਕਿਸੇ ਲੜਕੀ ਨਾਲ ਹੋ ਗਈ, ਅਤੇ ਉਹ ਲੜਕੀ ਆਰਤੀ ਵਰਮਾ ਬਸਤੀ ਯੋਧੇਵਾਲ ਦੀ ਰਹਿਣ ਵਾਲੀ ਸੀ, ਅਤੇ ਉਹਨੇ ਆਪਣੇ ਬਣਾਏ ਹੋਏ ਜਾਲ 'ਚ ਉਹਨੂੰ ਹੌਲੀ ਹੌਲੀ ਕਰਕੇ ਮੁੰਡੇ ਨੂੰ ਫਸਾ ਲਿਆ, ਅਤੇ ਮੁੰਡੇ ਤੋਂ ਪੂਰੀ ਜਾਣਕਾਰੀ ਲੈ ਲਈ ਵੀ ਘਰ ਦੇ ਵਿੱਚ ਅਕੇਲਾ ਇਕਲੌਤਾ ਹੈਗਾ, ਨੌਕਰੀ ਹੈ, ਸਾਰਾ ਕੁਛ ਹੈ, ਅਤੇ ਉਹਨੇ ਆਪਣੇ ਜਗ੍ਹਾ 'ਤੇ ਉਹਨੂੰ ਆਪਣੇ ਨਾਲ ਆਪਣੇ ਪ੍ਰੂਫ ਇਕੱਠੇ ਕਰਨ ਦੇ ਚੱਕਰ 'ਚ ਸਾਰੇ ਪਾਸੇ ਇੱਧਰ ਉੱਧਰ ਲੈ ਜਾਂਦੀ ਰਹੀ। ਸਾਨੂੰ ਇਸ ਚੀਜ਼ ਦਾ ਕਿਸੇ ਨੂੰ ਕੁਛ ਨਹੀਂ ਪਤਾ ਜੀ, ਕਿਉਂਕਿ ਅਸੀਂ ਆਮ ਗਰੀਬ ਬੰਦੇ ਹਾਂ, ਸਿੰਪਲ ਸਾਦੇ ਬੰਦੇ ਹਾਂ, ਆਪਣਾ ਰੁਜ਼ਗਾਰ ਕਰਕੇ ਆਪਣੀ ਮਿਹਨਤ ਕਰਕੇ ਰੋਟੀ ਖਾਣ ਵਾਲੇ ਬੰਦੇ ਹਾਂ ਜੀ, ਅਤੇ ਫਿਰ ਹੌਲੀ ਹੌਲੀ ਕਰਕੇ ਕੁੜੀ ਨੇ ਮੁੰਡੇ ਨੂੰ ਪੈਸੇ ਕਰਕੇ ਲੈ ਕੇ ਆਪਣੇ ਵੀ ਮੈਂ ਤੇਰੇ ਘਰ ਜਾਣਾ, ਤੇਰਾ ਘਰ ਦੇਖਣਾ, ਘਰ ਲੈ ਕੇ ਜੀ। ਉੱਥੇ ਮੁੰਡੇ ਨੇ ਆਪਣੀ ਮਾਂ ਨੂੰ ਕਿਹਾ ਵੀ ਮੰਮੀ ਵੀ ਮੈਂ ਤਾਂ ਇਹ ਲੜਕੀ ਨੇ ਵਿਆਹ ਕਰਾਉਣਾ ਹੈ, ਤਾਂ ਮਾਤਾ ਨੇ ਇਕਲੌਤ ਆਪਣੇ ਮੁੰਡੇ ਦੀ ਗੱਲ ਮੰਨਦੇ ਹੋ ਵੀ ਮੈਂ ਘਰੋਂ ਭੱਜੂਗਾ, ਮੈਂ ਮਰ ਜੂੰਗਾ, ਤਾਂ ਮਜ਼ਬੂਰੀ ਚੱਕੋ ਕਿ ਵੱਡਾ ਕੋਈ ਹੈ ਨਹੀਂ, ਪਿਤਾ ਇਹਦਾ ਹੈ ਨਹੀਂ ਸੀ, ਤਾਂ ਇਹਨੇ ਮਜ਼ਬੂਰੀ 'ਚ ਚਲੋ ਇਹ ਵੀ ਉਹਨੇ ਬਰਦਾਸ਼ਤ ਕਰ ਲਿਆ ਵੀ ਚਲੋ ਕੋਈ ਨਹੀਂ ਮੈਂ ਕਰ ਲੂੰਗਾ, ਅਤੇ ਉਹ ਹੌਲੀ ਹੌਲੀ ਕੁੜੀ ਆਉਂਦੀ ਰਹੀ ਜਾਂਦੀ ਰਹੀ, ਅਤੇ ਇਹਦੇ ਵਿੱਚ ਹੁਣ ਇਹਨੂੰ ਪਤਾ ਲੱਗਣ ਲੱਗਾ ਵੀ ਕੁੜੀ ਦੇ ਕਈ ਜਗ੍ਹਾ 'ਤੇ ਮਤਲਬ ਗੱਲਾਂ ਬਾਤਾਂ ਕਰਦੀ ਹੈ ਫੋਨ 'ਤੇ ਜਾਂ ਹੋਰ ਰਿਲੇਸ਼ਨ ਨੇ, ਅਤੇ ਉਹ ਕੁੜੀ ਨੇ ਆਪਣੇ ਵੱਲੋਂ ਜੋ ਇੱਧਰ ਰਿਸ਼ਤੇਦਾਰੀ 'ਚ ਘੁੰਮ ਕੇ ਸਾਰੇ ਪਾਸੇ ਪੂਰੇ ਸ਼ੋ ਕਰਤਾ ਵੀ ਹਾਂ ਮੈਂ ਇਹਨਾਂ ਦੇ ਪਰਿਵਾਰ ਦੀ ਮੈਂਬਰ ਹਾਂ ਜਾਂ ਇਹਨਾਂ ਨਾਲ ਅਟੈਚ ਹਾਂ, ਅਤੇ ਉਹਨੂੰ ਮਤਲਬ ਚੰਗੀ ਤਰ੍ਹਾਂ ਇਹ ਮਤਲਬ ਆਪਣੇ ਜਾਲ 'ਚ ਬਣਾਏ ਜਾਲ 'ਚ ਫਸਾ ਕੇ ਜਿਹੜਾ ਤੁਹਾਡਾ ਭਾਣਜਾ ਉਹਦੇ 'ਚ ਰਿਲੇਸ਼ਨ 'ਚ ਸੀਗਾ ਔਰ ਉਹਨੂੰ ਪੂਰਾ ਚੰਗੀ ਤਰ੍ਹਾਂ ਹਾਂਜੀ 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 ਹਾਂਜੀ, ਅਤੇ ਉਹਦੇ ਵਿੱਚ ਉਸਨੇ ਮਤਲਬ ਇਹ ਤਾਂ ਐਲੀਗੇਸ਼ਨ ਲਗਾਤਾ ਵੀ ਜੇ ਤੂੰ ਮੇਰੇ ਨਾਲ ਹੁਣ ਨਹੀਂ ਵਿਆਹ ਕਰਾਏਗਾ ਵੀ ਮੈਂ ਤੇਰੀ ਨੌਕਰੀ ਤੋਂ ਹਲੇ ਲਾ ਦੇਣਾ ਵੀ ਨਾਲੇ ਤੈਨੂੰ ਤੇਰੇ 'ਤੇ ਪਰਚਾ ਕਰਾ ਕੇ ਨਾ ਅਤੇ ਮੁੜ ਕੇ ਤੈਨੂੰ ਅੰਦਰ ਅਰੈਸਟ ਕਰ ਲੈਣਾ, ਅਤੇ ਵੀ ਤੂੰ ਮੇਰੇ ਨਾਲ ਗਲਤ ਸੰਬੰਧ ਬਣਾਏ ਨੇ, ਜਦਕਿ ਉਹ ਚੀਜ਼ ਦਾ ਕੋਈ ਮੈਡੀਕਲ ਨਹੀਂ ਹੈਗਾ ਜੀ। ਹਾਂਜੀ,
ਲੁਧਿਆਣੇ ਪੁਲਿਸ ਜਿਹੜੀ ਡਿਪਾਰਟਮੈਂਟ ਪੰਜਾਬ ਪੁਲਿਸ ਜੀ ਹਾਂਜੀ ਪੰਜਾਬ ਪੁਲਿਸ ਜੀ ਅਤੇ ਉਹ ਸੀਗਾ ਜੀ ਆਪਣੇ ਥਰਡ ਆਈ ਆਰ ਬੀ ਜੀ ਤੈਨਾਤ ਇੱਥੇ ਇੱਥੇ ਕਿੱਥੇ ਸੀਗੇ ਲੁਧਿਆਣੇ ਜੀ ਤੁਸੀਂ ਕਿੱਥੇ ਪਹੁੰਚੇ ਹੋ ਅਸੀਂ ਸੀ ਬੀ ਦਫ਼ਤਰ ਆਏ ਸੀ ਕੱਲ੍ਹ ਵੀ ਮੇਰੀ ਸਿਸਟਰ ਆਈ ਅਸੀਂ ਇੱਥੋਂ ਆਪਣੀ ਆਪਣੀ ਦਰਖਾਸਤ ਦੇ ਕੇ ਗਏ ਨੇ ਅਤੇ ਉਹਨਾਂ ਅੱਗੇ ਬੇਨਤੀ ਕੀਤੀ ਹੈ ਵੀ ਸਾਡੇ ਨਾਲ ਧੱਕਾ ਹੋ ਰਿਹਾ ਨਜਾਇਜ਼ ਹੋ ਰਿਹਾ ਜੀ ਅਤੇ ਉਹ ਉਹਨਾਂ ਵੱਲੋਂ ਇਨਕੁਆਇਰੀ ਮਤਲਬ ਸ਼ੁਰੂ ਕਰਾਏਗੀ ਆ ਸਾਡੇ ਵੱਲ ਤੋਂ ਇਹੀ ਬੇਨਤੀ ਆ ਸੀ ਪੀ ਸਾਹਿਬ ਨੂੰ ਡੀ ਜੀ ਪੀ ਸਾਹਿਬ ਨੂੰ ਅਤੇ ਸੀ ਐੱਮ ਸਾਹਿਬ ਨੂੰ ਵੀ ਇਹਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਵੇ ਅਤੇ ਕਿਉਂਕਿ ਜੇ ਉਹ ਸਾਡੇ ਅੱਜ ਸਾਡੇ ਬੱਚੇ ਨਾਲ ਹੋ ਰਿਹਾ ਵੀ ਕਿਸੇ ਹੋਰ ਨਾਲ ਨਾ ਹੋਵੇ ਕਿਉਂਕਿ ਕਿਸੇ ਦਾ ਵੀ ਇਕਲੌਤਾ ਵੱਡੇ ਘਰ ਦਾ ਬੱਚਾ ਦੇ ਕੇ ਉਹਨੂੰ ਫਸਾਉਣ ਵਾਲੀ ਗੱਲ ਹੈ ਜੀ ਇਹ ਅਤੇ ਕਿਉਂਕਿ ਮੁੰਡਾ ਬੱਚਾ ਸਾਡਾ ਅੱਜ ਕੱਲ੍ਹ ਦਰ ਧੱਕੇ ਖਾ ਰਿਹਾ ਇੱਧਰ ਉੱਧਰ ਜਾ ਰਿਹਾ ਪਤਾ ਨਹੀਂ ਉਹ ਇਸ ਟਾਈਮ ਪਤਾ ਨਹੀਂ ਕਿਹੜੀ ਹਾਲਤ 'ਚ ਹੋਊਗਾ ਅਤੇ ਉਹ ਖੁਦ ਸਾਨੂੰ ਇਹ ਚੀਜ਼ ਦੇ ਸੋਚ ਕੇ ਬੜੇ ਪਰੇਸ਼ਾਨ ਹਾਂ ਵੀ ਇੰਨੀ ਠੰਡ ਦੇ ਵਿੱਚ ਦਰ ਧੱਕੇ ਖਾ ਰਿਹਾ ਜੀ ਉਹ